Please note, in the process of creating this video, we have no intent to hurt any religious sentiments in any way, shape, or form. This video is created only for educational purposes. ਕੀ ਅੰਮ੍ਰਿਤ ਵਿੱਚ ਪਾਉਣ ਲਈ ਪਤਾਸੇ ਜਾਂ ਮਿਸ਼ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਇੰਦਰ ਦੇਵਤੇ ਤੋਂ ਲਏ? ਖਾਲਸਾ ਪੰਥ ਦੇ ਅੰਮ੍ਰਿਤ ਸੰਸਕਾਰ ਦੇ ਮਹਾਨ ਸਿਧਾਂਤ ਤੇ ਚੋਟ ਕਰਦਿਆਂ RSS ਦੇ ਇੱਕ ਮੈਗਜ਼ੀਨ ਦੇ ਵਿੱਚ ਲਿਖਿਆ ਹੈ ਕਿ ਮਿਸ਼ਟਾਨ ਇੰਦਰ ਨੇ ਦੀਆ ਬੁੱਧੀ ਮਿੱਠੀ ਰਹਿਣੇ ਨਿਮਿਤ, ਜਿਵੇਂ ਪਿਛਲੇ ਭਾਗਾਂ ਦੇ ਵਿੱਚ ਵੀ ਆਪਾਂ ਕੁਝ ਵਿਚਾਰ ਕਰ ਰਹੇ ਹਾਂ। ਪਰ ਇਸ ਗੱਲ ਨੂੰ ਖੋਲ੍ਹਦੇ ਹੋਏ ਇਹਦਾ ਅਰਥ ਹੈ ਕਿ ਖਾਲਸਾ ਪ੍ਰਗਟ ਕਰਨ ਦੇ ਸਮੇਂ ਗੁਰੂ ਸਾਹਿਬ ਨੇ ਜਿੱਥੇ ਵੱਖ ਵੱਖ ਅਵਤਾਰਾਂ ਕੋਲੋਂ ਜੰਤਰ ਮੰਤਰ ਅਤੇ ਤੰਤਰ ਆਦਿਕ ਲਏ, ਉੱਥੇ ਦੇਵਰਾਜ ਇੰਦਰ ਦੇ ਕੋਲੋਂ ਖੰਡੇ ਬਾਟੇ ਦੇ ਵਿੱਚ ਪਾਉਣ ਲਈ ਮਿਸ਼ਟਾਨ ਭਾਵ ਪਤਾਸੇ ਮਿਸ਼ਰੀ ਆਦਿ ਲਏ, ਤਾਂ ਜੋ ਅੰਮ੍ਰਿਤ ਤਿਆਰ ਕੀਤਾ ਜਾ ਸਕੇ ਅਤੇ ਖਾਲਸਾ ਜੀ ਦੀ ਬੁੱਧੀ ਮਿੱਠੀ ਅਥਵਾ ਨਿਰਮਲ ਰਹੇ, ਭਾਵ ਕਿ ਖਾਲਸਾ ਸੱਚ ਆਚਾਰ ਦਾ ਧਾਰਨੀ ਹੋ ਸਕੇ। ਹੁਣ ਖਾਲਸਾ ਜੀ ਨੂੰ ਬੁੱਧੀ ਮਿੱਠੀ ਕਰਨ ਦੇ ਸੰਬੰਧ ਵਿੱਚ ਪਤਾਸੇ ਅਤੇ ਮਿਸ਼ਰੀ ਭੇਟਾ ਕਰਨ ਵਾਲੇ ਦੇਵਰਾਜ ਇੰਦਰ ਜੀ ਦੇ ਖਾਣ ਪੀਣ ਦੀ ਵਿਚਾਰ ਅਤਿ ਜ਼ਰੂਰੀ ਹੈ, ਜੋ ਕਿ ਰਿਗ ਵੇਦ ਦੇ ਵਿੱਚ ਦਰਜ ਹੈ। ਸੋ ਵਿਸਥਾਰ ਲਈ ਜ਼ਰੂਰੀ ਹੈ ਕਿ ਰਿਗ ਵੇਦ ਦੇ ਮੰਡਲ 10 ਸੂਤਕ 86 ਦੇ ਮੰਤਰ ਨੰਬਰ 13 ਅਤੇ 14 ਨੂੰ ਘੋਖਿਆ ਜਾਵੇ। ਇਹਨਾਂ ਮੰਤਰਾਂ ਦੇ ਵਿੱਚ ਬ੍ਰਿਖਾ ਕਪਾਏ ਦੇਵਰਾਜ ਇੰਦਰ ਅਤੇ ਉਹਦੀ ਪਤਨੀ ਇੰਦਰਾਣੀ ਦਾ ਸੰਵਾਦ ਦਰਜ ਹੈ, ਜੋ ਇਸ ਪ੍ਰਕਾਰ ਹੈ। ਵਰੇਖਾ ਕਪਾਏ ਰੇਵਤ ਸਪੁੱਤਰੇ ਆਦ ਸੁਸਨਖੇ ਕਸਤਿੰਦਰ ਉਕਸ਼ਿਣਾ ਪ੍ਰਯੰਕਾ ਚਿਤਕਰੰ ਹਵ ਵਿਸ਼ਵਸ ਮਾਇੰਦ੍ਰ ਉੱਤਰ ਉਕਸਣੋ ਹੇ ਮੇ ਪੰਚਦਸ਼ ਸਾਕੰ ਪੰਚਿਤ ਵਿਸ਼ਤਮ ਉਤਾਹ ਮਧਿਹ ਪੀਵ ਇਧਬਾ ਕੁਕਸ਼ੀ ਪ੍ਰਣਨੰਤ ਮੇ ਵਿਸ਼ਵਸ ਮਾਇੰਦ੍ਰ ਉੱਤਰ। ਇਹਨਾਂ ਮੰਤਰਾਂ ਦਾ ਅਰਥ ਹੈ ਕਿ ਬਿਰਖਾ ਕਪਾਏ ਨੇ ਕਿਹਾ ਕਿ ਹੇ ਧਨਵਾਨ ਸੁੰਦਰ ਪੁੱਤਾਂ ਅਤੇ ਨੌਹਾਂ ਵਾਲੀ ਇੰਦਰਾਣੀ, ਤੇਰਾ ਪਤੀ ਦੇਵ ਇੰਦਰ ਸਾਂਡਾਂ ਦਾ ਮਾਸ ਛੇਤੀ ਖਾਵੇ, ਜਿਹੜਾ ਸੁਖਦਾਇਕ ਹੈ ਅਤੇ ਉਸਨੂੰ ਬਹੁਤ ਪਸੰਦ ਹੈ, ਅਤੇ ਤੁਸੀਂ ਉਸ ਮਾਸ ਨੂੰ ਰਿੰਨੋ। ਇੰਦਰਾਣੀ, ਜੋ ਇੰਦਰ ਦੀ ਪਤਨੀ ਹੈ, ਉਹਨੇ ਉੱਤਰ ਦਿੱਤਾ ਕਿ ਇਸੇ ਕਰਕੇ ਹੀ ਮੇਰਾ ਪਤੀ ਦੇਵਰਾਜ ਇੰਦਰ ਸਾਰੇ ਪੁਰਸ਼ਾਂ ਤੋਂ ਬਲ, ਬੁੱਧ ਅਤੇ ਰੂਪ ਵਿੱਚ ਉੱਚਾ ਹੈ, ਕਿਉਂਕਿ ਉਹ ਸਾਂਡਾਂ ਦਾ ਮਾਸ ਖਾਂਦਾ ਹੈ। ਸੋ ਇੰਦਰ ਨੇ ਕਿਹਾ ਕਿ ਮੇਰੀ ਪਤਨੀ ਮੇਰੇ ਲਈ 15-20 ਸਾਂਡਾਂ ਦਾ ਮਾਸ ਰਿੰਨਦੀ ਹੈ, ਮੈਂ ਉਹ ਮਾਸ ਖਾਂਦਾ ਹਾਂ, ਤਾਂ ਹੀ ਉਹ ਮੈਂ ਸਾਂਡ ਜਿਹਾ ਨਿੱਗਰ ਨਰੋਆ ਅਤੇ ਦਰਸ਼ਨੀ ਹੋ ਗਿਆ ਹਾਂ। ਮੇਰੀਆਂ ਦੋਵੇਂ ਕੁੱਖਾਂ ਮਾਸ ਅਤੇ ਸ਼ਰਾਬ ਦੇ ਨਾਲ ਡੱਕੀਆਂ ਰਹਿੰਦੀਆਂ ਹਨ। ਇਹ ਮੰਤਰ ਨੰਬਰ 14 ਦਾ ਅਨੁਵਾਦ ਹੈ। ਸੋ ਇੰਦਰ ਵਿਜੇ ਕਾਵ, ਇਹਦੇ ਵਿੱਚ ਪੰਡਿਤ ਮਧੂਸੂਦਨ ਨੇ ਦੇਵਰਾਜ ਇੰਦਰ ਨੂੰ ਗਊ ਮਾਸ ਖਾਣ ਵਾਲਾ ਅਤੇ ਸ਼ਰਾਬ ਦਾ ਪ੍ਰੇਮੀ ਦੱਸਿਆ ਹੈ। ਇੰਦਰ ਦੇ ਦੇਵਤਾਪਣ ਅਤੇ ਉਹਦੇ ਵੇਦਾਂ ਵਿੱਚ ਦਿੱਤੇ ਆਹਾਰ, ਭਾਵ ਉਹਦੇ ਜਲ ਪਾਣੀ ਦੇ ਉੱਤੇ ਟਿੱਪਣੀ ਕਰਦੇ ਸਵਾਮੀ ਰਾਮ ਤੀਰਥ ਜੀ ਆਖਦੇ ਹਨ ਕਿ ਮਾਸ ਅਤੇ ਸ਼ਰਾਬ ਨੂੰ ਚੰਗਾ ਮੰਨਣਾ ਤਾਂ ਉਹਨਾਂ ਦੇ ਮਨ ਦੀ ਕਿਰਿਆ ਹੀ ਨਹੀਂ, ਅਜਿਹੀਆਂ ਸ਼ੈਆਂ ਦਾ ਹੇਜ ਕੀ ਆਖੇ ਅਤੇ ਦੇਵਤਾਪਣ ਕੀ ਆਖੇ। ਚਤੁਰ ਵਰਣ ਭਾਰਤ ਸਮੀਖਸ਼ਾ ਦੇ ਕਰਤਾ ਸਵਾਮੀ ਮਹੇਸ਼ਰਾਨੰਦ ਜੀ ਲਿਖਦੇ ਹਨ ਕਿ ਇਹ ਇੰਦਰ ਤਾਂ ਕੋਈ ਤਿੱਬਤ ਨਿਵਾਸੀ ਦੈਂਤਾਂ ਦਾ ਰਾਜਾ ਲੱਗਦਾ ਹੈ, ਕੋਈ ਦੇਵਤਾ ਨਹੀਂ। ਸੋ ਇਸ ਵੇਦ ਅਨੁਸਾਰ ਇੰਦਰ ਦੇਵਰਾਜ ਜੀ ਦਾ ਆਮ ਆਹਾਰ ਤਾਂ ਮਾਸ ਅਤੇ ਸ਼ਰਾਬ ਸੀ, ਪਰ RSS ਦੇ ਕਹਿਣ ਮੁਤਾਬਕ ਖਾਲਸਾ ਜੀ ਦੀ ਨਿਰਮਲ ਅਤੇ ਮਿੱਠੀ ਬੁੱਧੀ ਕਰਨ ਵਾਸਤੇ ਇੰਦਰ ਦੇਵਤਾ ਪਤਾਸੇ ਅਤੇ ਖੰਡ ਮਿਸ਼ਰੀ ਲੈ ਕੇ ਆਏ। ਆਓ ਹੁਣ ਵੱਖ ਵੱਖ ਸਰੋਤਾਂ ਤੋਂ ਇੰਦਰ ਦੀ ਨਿਰਮਲ ਬੁੱਧੀ ਅਤੇ ਉਹਦੇ ਸੱਚ ਆਚਾਰ ਦਾ ਵਿਸ਼ਲੇਸ਼ਣ ਕਰੀਏ। ਇੰਦਰ ਮਹਾਰਾਜ ਜੀ ਦੀ ਸੱਚੀ ਨਿਰਮਲ ਬੁੱਧੀ ਅਤੇ ਆਚਾਰ ਦੇ ਬਾਰੇ ਰਮਾਇਣ ਦੇ ਬਾਲ ਕਾਂਡ ਦੇ ਸਰਗ 48 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਤਸੇ ਅੰਤਰ ਵਿਦਿਤ ਵਾਚ ਸਹਸ਼ ਸ਼ਤਰਾਕਸ਼ ਸਚੀਪਤੀ ਮੁਨੀਵੇਸ਼ ਤੁਰੋ ਪੂਤ ਵਾ ਅਹਲਿਆਦਮਿਦਮ ਬ੍ਰਾਵੀਤ ਅਹਲਿਆਮਿਦਮ ਬ੍ਰਾਵੀਤ ਰਿਤੂ ਕਾਲ ਪ੍ਰਤੀਕ ਸ਼ਾਂਤੇ ਨਾਥ੍ਰਿਨ ਸੁਸ ਮਾਹਿਤੇ। ਇਹਦਾ ਅਰਥ ਹੈ, ਸਚੀ ਸ਼ਸ਼ੀ ਦੇ ਪਿਤਾ ਦੇਵਰਾਜ ਇੰਦਰ ਨੇ
ਗੌਤਮ ਰਿਸ਼ੀ ਦੇ ਆਸ਼ਰਮ ਜਾ ਕੇ ਮੁਨੀ ਦਾ ਵੇਸ਼ ਧਾਰਨ ਕੀਤਾ ਅਤੇ ਰਿਖੀ ਗੌਤਮ ਦੀ ਪਤਨੀ ਅਹਿਲਿਆ ਦੇ ਕੋਲ ਚਲਾ ਗਿਆ। ਅਹਿਲਿਆ ਨੂੰ ਜਦੋਂ ਕਾਮ ਕ੍ਰੀੜਾ ਲਈ ਭਾਵ ਸੈਕਸ ਲਈ ਇੰਦਰ ਨੇ ਮਜਬੂਰ ਕੀਤਾ ਤਾਂ ਉਸਨੇ ਰਿਤੂ ਕਾਲ ਮਾਸਕ ਧਰਮ ਦੀ ਮਜਬੂਰੀ ਦੱਸੀ, ਜਿਸ 'ਤੇ ਦੇਵਰਾਜ ਇੰਦਰ ਨੇ ਕਿਹਾ ਕਿ ਹੇ ਸੁੰਦਰੀ, ਕਾਮ ਕ੍ਰੀੜਾ ਅਤੇ ਭੋਗ ਵਿਲਾਸ ਦੇ ਵਾਸਤੇ ਇਸ ਸਮੇਂ ਦਾ ਇੰਤਜ਼ਾਰ ਨਹੀਂ ਕਰੀਦਾ ਕਿ ਜਦੋਂ ਮਾਸਕ ਧਰਮ ਸਮਾਪਤ ਹੋਵੇ ਅਤੇ ਉਸ ਉਪਰੰਤ ਹੀ ਸਹਿਵਾਸ ਕੀਤਾ ਜਾਵੇ। ਫਿਰ ਅੱਗੇ ਲਿਖਿਆ ਕਿ ਸੰਗ ਮੰਤਵਾ ਮਿਛਾਮ ਤਵਈਆ ਸਹਿ ਸਮਥੂ ਮਾਹੇ, ਹੇ ਸੁੰਦਰੀ ਮੈਂ ਤੇਰੇ ਨਾਲ ਮਦਰ ਸਹਿਵਾਸ ਕਰਨਾ ਚਾਹੁੰਦਾ ਹਾਂ। ਮੁਨੀ ਵੇ ਸਹਿਸ ਸ਼ਤਰਾਕਸ਼ ਵਿਗਿਆ ਰਘੁਨੰਦਨ ਮਤ ਚਕਰਾ ਦੁਰਮੇਘਾ ਦੇਵਰਾਜ ਕੁਤਹਲਾਤ। ਵਿਸ਼ਵਾਮਿੱਤਰ ਜੀ ਰਾਮ ਚੰਦਰ ਨੂੰ ਦੱਸਦੇ ਹਨ ਕਿ ਉਹ ਮੂਰਖ ਅਹਿਲਿਆ ਮੁਨੀ ਵੇਸ਼ਧਾਰੀ ਇੰਦਰ ਨੂੰ ਪਹਿਚਾਣ ਕੇ ਵੀ ਸਹਿਵਾਸ ਲਈ ਸਹਿਮਤ ਹੋ ਗਈ, ਸੈਕਸ ਲਈ ਸਹਿਮਤ ਹੋ ਗਈ, ਸਿਰਫ ਇਸ ਕਰਕੇ ਕਿ ਵੇਖਾਂ ਤਾਂ ਸਹੀ ਵੀ ਦੇਵਰਾਜ ਇੰਦਰ ਦੇ ਨਾਲ ਸਹਿਵਾਸ ਦਾ ਆਨੰਦ ਕਿੰਨਾ ਮਧੁਰ ਹੈ। ਅਥਵਾ ਵੀ ਸੁਰੇਸ਼ਟ ਕਿਰਤਾਰਥਨਾਥ ਰਾਤ ਮਨਾ ਕਿਰਤਾਰਥ ਸਿਮ ਸੁਰੇਸ਼ਟ ਗਸ ਸ਼ੀ ਕਰਮਤ ਪ੍ਰਭੂ। ਅਰਥਾਤ ਕਿ ਅਹਿਲਿਆ ਨੇ ਦੇਵਰਾਜ ਇੰਦਰ ਨੂੰ ਕਿਹਾ ਕਿ ਤੁਹਾਡੇ ਨਾਲ ਸਹਿਵਾਸ ਕਰਕੇ ਭਾਵ ਤੁਹਾਡੇ ਨਾਲ ਸੈਕਸ ਕਰਕੇ ਮੈਂ ਕਿਰਤਾਰਥ ਹੋ ਗਈ ਹਾਂ। ਸ੍ਰੇਸ਼ਟ ਇੰਦਰ ਜੀ, ਤੁਹਾਡੇ ਨਾਲ ਆਨੰਦ ਭੋਗ ਕਰਕੇ ਮੈਨੂੰ ਮੇਰੀ ਤਪੱਸਿਆ ਦਾ ਫਲ ਮਿਲ ਗਿਆ ਹੈ। ਆਤਮਾਨ ਮਾਂ ਚੇ ਦਿਵੇਸ਼ ਸਰਵਥਾ ਰਕਸ਼ ਗੌਤਮਾਤ ਇੰਦਰ ਸਤੂ ਪਰਸ ਸਨ ਵਾਕ ਅਹਿਲਿਆ ਮਿਦ ਬਰਾਵੀਤ। ਇਸ ਤੋਂ ਉਪਰੰਤ ਅਹਿਲਿਆ ਨੇ ਕਿਹਾ ਕਿ ਹੇ ਇੰਦਰ ਤੁਸੀਂ ਸਭ ਤਰ੍ਹਾਂ ਨਾਲ ਮੇਰੀ ਰੱਖਿਆ ਕਰੋ, ਆਪਣੀ ਅਤੇ ਗੌਤਮ ਦੀ ਰੱਖਿਆ ਕਰੋ, ਅਰਥਾਤ ਕਿ ਸਭ ਕੁਝ ਪਰਦੇ ਵਿੱਚ ਰਹੇ। ਇਹ ਸੁਣ ਕੇ ਇੰਦਰ ਹੱਸਣ ਲੱਗਾ ਅਤੇ ਹੱਸ ਕੇ ਪ੍ਰਸੰਨ ਚਿੱਤ ਹੋ ਕੇ ਕਹਿਣ ਲੱਗਾ ਕਿ ਸੁਸਰੋੜ ਪ੍ਰਿੰਤ੍ਰਿਸ਼ਟੋ ਵਾਸਿਮ ਗਮਸ਼ਿਆਮੋ ਯਥਾਗਤਮ ਏਵਮ ਸੰਗਮਹ ਤੁਤਦਾ ਨਿਸ਼ਚਕਰਾਮੋਟ ਜਾ ਜਤਤ ਨਿਸ਼ਚਕਰਾਮੋਟ ਜਾ ਤਤ। ਭਾਵ ਹੇ ਸੁੰਦਰ ਨਿਤੰਬਾਂ ਵਾਲੀ ਸੁੰਦਰੀ, ਮੈਂ ਪੂਰਨ ਤੌਰ 'ਤੇ ਸੰਤੁਸ਼ਟ ਹਾਂ ਅਤੇ ਹੁਣ ਜਿੱਥੋਂ ਆਇਆ ਸੀ ਉੱਥੇ ਹੀ ਚਲਾ ਜਾਵਾਂਗਾ। ਇਸ ਤਰ੍ਹਾਂ ਅਹਿਲਿਆ ਦੇ ਨਾਲ ਸੰਭੋਗ ਕਰਕੇ ਇੰਦਰ ਚਲਾ ਗਿਆ। ਇਸ ਤੋਂ ਅੱਗੇ ਇਹ ਕਥਾ ਇੰਜ ਚੱਲਦੀ ਹੈ, ਜਦੋਂ ਇੰਦਰ ਨਿਕਲ ਕੇ ਜਾ ਹੀ ਰਿਹਾ ਸੀ ਤਾਂ ਗੌਤਮ ਰਿਸ਼ੀ ਜੀ ਆਏ। ਉਹਨਾਂ ਇੰਦਰ ਦੇ ਕੀਤੇ ਕੁਕਰਮ ਪ੍ਰਤੀ ਸਰਾਪ ਦਿੱਤਾ ਕਿ ਤੂੰ ਇੱਕ ਭਗ ਭਾਵ ਇਸਤਰੀ ਦੀ ਯੋਨੀ ਦੀ ਖਾਤਰ ਇੱਥੇ ਕੁਕਰਮ ਕਰਨ ਆਇਆ, ਇਹਦੇ ਲਈ ਤੂੰ ਸਹਿਸ ਭਗਗਾਮੀ ਹੋਵੇਂਗਾ। ਇਸ ਸਰਾਪ ਦੇ ਕਾਰਨ ਇੰਦਰ ਦੇ ਸਰੀਰ ਦੇ ਉੱਤੇ ਅਨੇਕਾਂ ਹੀ ਭਗਾਂ ਦੇ ਚਿੰਨ੍ਹ ਉੱਭਰ ਆਏ, ਭਾਵ ਇਸਤਰੀ ਦੇ ਗੁਪਤ ਅੰਗ ਉਹਦੇ ਸਰੀਰ ਦੇ ਉੱਤੇ ਪ੍ਰਗਟ ਹੋ ਗਏ। ਉਹਦਾ ਸਰੀਰ ਫਟ ਗਿਆ ਅਤੇ ਸ਼ਰਮ ਦਾ ਮਾਰਿਆ ਇੰਦਰ ਪੰਪਾਸਰ ਸਰੋਵਰ ਵਿੱਚ ਜਾ ਲੁਕਿਆ। ਗੌਤਮ ਰਿਖੀ ਨੇ ਆਪਣੀ ਪਤਨੀ ਨੂੰ ਵੀ ਪੱਥਰ ਦੀ ਸਿੱਲ ਬਣਨ ਦਾ ਸਰਾਪ ਦਿੱਤਾ ਅਤੇ ਆਪਣੀ ਬੇਟੀ ਅੰਜਲੀ ਨੂੰ ਕੁਆਰੀ ਮਾਂ ਬਣਨ ਦਾ। ਇਹਨਾਂ ਲਿਖਤਾਂ ਮੁਤਾਬਕ ਅੰਜਲੀ ਦੀ ਕੁੱਖੋਂ ਹੀ ਹਨੂੰਮਾਨ ਦਾ ਜਨਮ ਹੋਇਆ। ਪੱਥਰ ਦੀ ਸਿੱਲ ਬਣੀ ਅਹਿਲਿਆ ਤ੍ਰੇਤੇ ਯੁੱਗ ਦੇ ਵਿੱਚ ਰਾਮ ਚੰਦਰ ਦੀ ਚਰਨ ਛੋਹ ਸਦਕਾ ਸੰਜੀਵ ਹੋਈ। ਗੌਤਮ ਰਿਖੀ ਦੀ ਪਤਨੀ ਅਹਿਲਿਆ ਨਾਲ ਦੇਵਰਾਜ ਇੰਦਰ ਵੱਲੋਂ ਕੀਤੇ ਇਸ ਕੁਕਰਮ ਦਾ ਜ਼ਿਕਰ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਗੌਤਮ ਨਾਰ ਅਹਿਲਿਆ ਤਿਸਨੋਂ ਦੇਖ ਇੰਦਰ ਲੋਭਾਣਾ ਪਰ ਘਰ ਜਾਏ ਸਰਾਪ ਲੈ ਹੋਏ ਸੈਸ ਪੱਗ ਪੱਛੋ ਤਾਣਾ। ਜਦੋਂ ਇੰਦਰਪੁਰੀ ਇੰਦਰ ਤੋਂ ਬਿਨਾਂ ਖਾਲੀ ਹੋ ਗਈ ਤਾਂ ਇੰਦਰਪੁਰੀ ਦੇ ਦੇਵਤੇ ਮਾਯੂਸ ਹੋ ਕੇ ਵਿਸ਼ਨੂੰ ਦੇ ਕੋਲ ਗਏ। ਵਿਸ਼ਨੂੰ ਨੇ ਇੰਦਰ ਨੂੰ ਪੰਪਾਸਰ ਤਲਾਬ ਵਿੱਚੋਂ ਜਾ ਕੇ ਕੱਢਿਆ ਅਤੇ ਸਹਿਸ ਪੱਗ ਦੀ ਜਗ੍ਹਾ ਸਹਿਸ ਨੇਤਰ ਬਖਸ਼ਿਸ਼ ਕੀਤੇ। ਇਹ ਹੈ ਵਿਸ਼ਨੂੰ ਜੀ ਦਾ ਇਨਸਾਫ ਕਿ ਇੱਕ ਕਾਮੀ ਨੂੰ ਸੈਂਕੜੇ ਨੇਤਰ ਬਖਸ਼ ਦਿੱਤੇ ਤਾਂ ਜੋ ਹੋਰ ਸਤੀਆਂ ਦੇ ਦਰਸ਼ਨ ਕਰਕੇ ਸਤ ਭੰਗ ਕਰ ਸਕੇ। ਇੱਥੇ ਵੀ ਮਾਨਸਿਕ ਸੱਤਾ ਉੱਪਰ ਅਜੀਬ ਸਵਾਲ ਜਨਮ ਲੈਂਦਾ ਹੈ ਕਿ ਜੇਕਰ ਇੰਦਰ ਦੇ ਨਾਲ ਕੁਕਰਮ ਦੀ ਪਾਤਰ ਦੋਸ਼ੀ ਅਹਿਲਿਆ ਰਾਮ ਦੀ ਚਰਨ ਛੋਹ ਦੇ ਨਾਲ ਪਵਿੱਤਰ ਹੋ ਕੇ ਸਵਰਗ ਪ੍ਰਾਪਤੀ ਕਰ ਸਕਦੀ ਹੈ ਤਾਂ ਮਰਿਆਦਾ ਪੁਰਸ਼ੋਤਮ ਰਾਮ ਜੀ ਨੇ ਵਿਚਾਰੀ ਸੀਤਾ ਨੂੰ ਅਗਨੀ ਪ੍ਰੀਖਿਆ ਉਪਰੰਤ ਵੀ ਦੁਬਾਰਾ ਬਨਵਾਸ ਲਈ ਮਜਬੂਰ ਕਿਉਂ ਕੀਤਾ, ਜਦੋਂ ਕਿ ਉਸਨੇ ਰਾਵਣ ਦੇ ਨਾਲ ਕੋਈ ਕੁਕਰਮ ਨਹੀਂ ਸੀ ਕੀਤਾ।
ਅਤੇ ਨਾ ਹੀ ਰਾਵਣ ਨੇ ਐਸਾ ਉਸਨੂੰ ਕੁਝ ਮਜਬੂਰ ਕੀਤਾ ਸੀ। ਰਾਵਣ ਤਾਂ ਸੀਤਾ ਨੂੰ ਕਹਿੰਦਾ ਹੈ ਕਿ ਜਨਕ ਨੰਦਨੀ, ਇੰਜ ਹੋਣ 'ਤੇ ਵੀ ਮੈਂ ਉਸ ਵੇਲੇ ਤੱਕ ਤੈਨੂੰ ਨਹੀਂ ਛੋਹਾਂਗਾ ਜਦ ਤੱਕ ਤੂੰ ਆਪ ਮੈਨੂੰ ਨਹੀਂ ਚਾਹੇਂਗੀ। ਇਸ ਲਈ ਹੇ ਪਿਆਰੀ, ਤੈਨੂੰ ਭੈ ਨਹੀਂ ਕਰਨਾ ਚਾਹੀਦਾ, ਮੇਰੇ 'ਤੇ ਭਰੋਸਾ ਰੱਖ ਅਤੇ ਵਿਅਰਥ ਰੋਣ ਦੀ ਲੋੜ ਨਹੀਂ। ਵਾਲਮੀਕਿ ਰਮਾਇਣ। ਹੈਰਾਨੀ ਦੀ ਬਾਤ ਹੈ ਕਿ ਚਰਨ ਛੂਹ ਦੇ ਨਾਲ ਹੀ ਅਪਵਿੱਤਰ ਅਹਿਲਿਆ ਨੂੰ ਪਵਿੱਤਰ ਕਰਨ ਵਾਲੇ ਮਰਿਆਦਾ ਪੁਰਸ਼ੋਤਮ ਰਾਮ ਚੰਦਰ ਨੂੰ ਸੀਤਾ ਜੀ ਦੀ ਪਵਿੱਤਰਤਾ 'ਤੇ ਯਕੀਨ ਕਿਉਂ ਨਾ ਆਇਆ। ਇੰਦਰ ਨੂੰ ਗੌਤਮ ਰਿਖੀ ਦੁਆਰਾ ਦਿੱਤੇ ਹੋਏ ਸਰਾਪ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਕਿ ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਸਹਿਸ ਸਰੀਰ ਚਿਹਨ ਪੱਗ ਹੋਏ ਤਾਂ ਮਨ ਪਛੋਤਾਇਆ। ਸੋ ਇੰਦਰ ਬਾਰੇ ਇੱਕ ਵਿਦਵਾਨ ਸੱਜਣ ਲਿਖਦੇ ਹਨ ਕਿ ਲੱਛਮੀ, ਜੋ ਕਿ ਵਿਸ਼ਨੂੰ ਦੀ ਪਤਨੀ ਸੀ, ਇਹ ਲੱਛਮੀ ਦਾ ਨਜਾਇਜ਼ ਸੰਬੰਧ ਇੰਦਰ ਦੇ ਨਾਲ ਵੀ ਸੀ। ਪਾਂਡਵਾਂ ਦੀ ਉਤਪਤੀ ਵਿੱਚ, ਖਾਸ ਕਰਕੇ ਅਰਜੁਨ ਦੀ ਉਤਪਤੀ ਵਿੱਚ ਇੰਦਰ ਦੇਵਤਾ ਜੀ ਦਾ ਖਾਸ ਯੋਗਦਾਨ ਸੀ। ਕੁੰਤੀ, ਜੋ ਕ੍ਰਿਸ਼ਨ ਦੀ ਭੂਆ ਅਤੇ ਪਾਂਡੂ ਦੀ ਇਸਤਰੀ ਸੀ, ਉਹਨੇ ਨਿਯੋਗ ਪ੍ਰਥਾ ਦੁਆਰਾ ਧਰਮਰਾਜ ਤੋਂ ਯੁਧਿਸ਼ਟਰ, ਇੰਦਰਾ ਦੁਆਰਾ ਅਰਜਨ ਅਤੇ ਪਵਨ ਦੁਆਰਾ ਭੀਮ ਅਤੇ ਅਸ਼ਵਨੀ ਕੁਮਾਰਾਂ ਦੁਆਰਾ ਨਕੁਲ ਅਤੇ ਸਹਿਸਦੇਵ ਨੂੰ ਜਨਮ ਦਿੱਤਾ। ਆਰੀਆ ਦਾ ਨੈਤਿਕ ਪੋਲ ਪ੍ਰਕਾਸ਼, ਪੰਨਾ ਨੰਬਰ 48। ਨਿਯੋਗ। ਵੇਦਾਂ ਵਿੱਚ ਨਿਯੋਗ ਦੇ ਆਧਾਰ ਉੱਪਰ ਇੱਕ ਇਸਤਰੀ ਨੂੰ 11 ਤੱਕ ਪਤੀ ਰੱਖਣ ਅਤੇ ਉਹਨਾਂ ਤੋਂ 10 ਸੰਤਾਨਾਂ ਪੈਦਾ ਕਰਨ ਦੀ ਛੁੱਟ ਦਿੱਤੀ ਗਈ ਹੈ। ਮਨੂ ਨੇ ਹੇਠ ਲਿਖੀਆਂ ਹਾਲਤਾਂ ਵਿੱਚ ਨਿਯੋਗ ਪ੍ਰਥਾ ਕਿਸੇ ਪਰਾਏ ਮਰਦ ਨਾਲ ਸਹਿਵਾਸ ਨੂੰ ਜਾਇਜ਼ ਕਰਾਰ ਦਿੱਤਾ ਹੈ। ਨੰਬਰ 1, ਜੇ ਵਿਆਹੁਤਾ ਇਸਤਰੀ ਦਾ ਪਤੀ ਧਰਮ ਦੇ ਅਰਥ ਲਈ ਪਰਦੇਸ ਗਿਆ ਹੋਵੇ ਤਾਂ ਇਸਤਰੀ 8 ਸਾਲ ਉਡੀਕਣ ਉਪਰੰਤ ਕਿਸੇ ਗੈਰ ਮਰਦ ਨਾਲ ਸੈਕਸ ਕਰਕੇ ਸੰਤਾਨ ਉਤਪਤੀ ਕਰ ਸਕਦੀ ਹੈ। ਨੰਬਰ 2, ਇਸੇ ਤਰ੍ਹਾਂ ਹੀ ਜੇ ਵਿੱਦਿਆ ਪ੍ਰਾਪਤੀ ਲਈ ਗਿਆ ਹੋਵੇ ਤਾਂ 6 ਸਾਲ ਬਾਅਦ ਉਹ ਇਹ ਕਰਮ ਕਰ ਸਕਦੀ ਹੈ। ਜੇ ਧਨ ਕਮਾਉਣ ਗਿਆ ਹੋਵੇ ਤਾਂ 3 ਸਾਲ ਉਡੀਕਣ ਉਪਰੰਤ ਪਤਨੀ ਇਹ ਕੰਮ ਕਰ ਸਕਦੀ ਹੈ। ਸੋ ਉਪਰੋਕਤ ਹਾਲਤਾਂ ਵਿੱਚ ਇਹ ਸ਼ਰਤ ਹੈ ਕਿ ਜਦੋਂ ਪਤੀ ਵਾਪਸ ਆ ਜਾਵੇ ਤਾਂ ਔਰਤ ਨਿਯੋਗੀ ਗੈਰ ਮਰਦ ਦਾ ਸਾਥ ਛੱਡ ਦੇਵੇ। ਪੁੱਤਰ ਨਾ ਹੋਣ ਦੀ ਹਾਲਤ ਅਤੇ ਮਰਦ ਦੇ ਨਾ ਕਾਬਲ ਹੋਣ ਸਦਕਾ ਵੀ ਨਿਯੋਗ ਪ੍ਰਥਾ ਦੁਆਰਾ ਸੰਤਾਨ ਉਤਪਤੀ ਕੀਤੀ ਜਾ ਸਕਦੀ ਹੈ। ਨਿਯੋਗ ਪ੍ਰਥਾ ਵਿੱਚ ਜ਼ਾਤ ਅਤੇ ਕੁੱਲ ਦੀ ਉੱਚਤਾ ਦਾ ਧਿਆਨ ਰੱਖਣਾ ਅਤਿ ਜ਼ਰੂਰੀ ਹੈ। ਮਨੂ ਸਿਮਰਤੀ ਦੇ ਵਿੱਚ ਲਿਖਿਆ ਹੈ ਕਿ ਨਾਨਿਏ ਸੰਨ ਵਿਦ ਵਾਨਾਰੀ ਨਿਯੋਗ ਤਵਿਆ ਦਵੈ ਜ਼ਾਤਿਬ ਅਨਯ ਸਿਮਨ ਹੈ ਨਿਯੋਗ ਜਾਨਾ ਧਰਮ ਹਨਯੂ ਸਨਾਤਨਮ। ਅਰਥਾਤ ਕਿ ਬ੍ਰਾਹਮਣਾਂ ਨੂੰ ਚਾਹੀਦਾ ਹੈ ਕਿ ਵਿਧਵਾ ਇਸਤਰੀ ਦਾ ਨਿਯੋਗ ਕਿਸੇ ਹੋਰ ਜ਼ਾਤ ਦੇ ਪੁਰਸ਼ ਤੋਂ ਨਾ ਕਰਾਉਣ। ਦੂਸਰੀ ਜਾਤੀ ਦਾ ਨਿਯੋਗੀ ਪੁਰਸ਼ ਇਸਤਰੀ ਦੇ ਸਨਾਤਨ ਧਰਮ ਨੂੰ ਨਾਸ਼ ਕਰ ਦੇਵੇਗਾ। ਫਿਰ ਮਨੂ ਸਿਮਰਤੀ ਵਿੱਚ ਇਹ ਵੀ ਲਿਖਿਆ ਹੈ ਕਿ ਵਿਧਵਾਇਆ ਨਿਯੋਗਸਤ ਕ੍ਰਿਤਾ ਕੋ ਵਾਗਿਆ ਤੋ ਨਿਸ਼। ਅਰਥਾਤ ਕਿ ਵਿਧਵਾ ਦੇ ਨਾਲ ਨਿਯੋਗ ਕਰਨ ਵਾਲੇ ਪੁਰਸ਼ ਨੂੰ ਚਾਹੀਦਾ ਹੈ ਕਿ ਉਹ ਨਿਯੋਗ ਤੋਂ ਪਹਿਲਾਂ ਪੂਰੇ ਸਰੀਰ ਦੇ ਉੱਤੇ ਘਿਓ ਦਾ ਲੇਪ ਕਰੇ। ਕੁੰਤੀ, ਜੋ ਕ੍ਰਿਸ਼ਨ ਦੀ ਭੂਆ ਅਤੇ ਪਾਂਡੂ ਦੀ ਇਸਤਰੀ ਸੀ, ਉਹਨੇ ਨਿਯੋਗ ਪ੍ਰਥਾ ਦੇ ਦੁਆਰਾ ਧਰਮਰਾਜ ਤੋਂ ਯੁਧਿਸ਼ਟਰ, ਇੰਦਰ ਦੁਆਰਾ ਅਰਜੁਨ, ਪਵਨ ਦੁਆਰਾ ਭੀਮ ਅਤੇ ਅਸ਼ਵਨੀ ਕੁਮਾਰਾਂ ਦੁਆਰਾ ਨਕੁਲ ਅਤੇ ਸਹਿਦੇਵ ਨੂੰ ਜਨਮ ਦਿੱਤਾ। ਆਰੀਆ ਦਾ ਨੈਤਿਕ ਪੋਲ ਪ੍ਰਕਾਸ਼, ਪੰਨਾ ਨੰਬਰ 48। ਸੋ ਇਸ ਨਿਯੋਗ ਪ੍ਰਥਾ ਅਨੁਸਾਰ ਇੰਦਰ ਦੇਵਤੇ ਨੇ ਕੁੰਤੀ ਦੇ ਨਾਲ ਸਹਿਵਾਸ ਕਰਕੇ, ਭੋਗ ਕਰਕੇ, ਭਾਵ ਸੈਕਸ ਕਰਕੇ ਅਰਜਨ ਨੂੰ ਸੰਸਾਰ ਮੰਚ 'ਤੇ ਪ੍ਰਗਟ ਕੀਤਾ। ਇੰਦਰ ਜੀ ਦੀਆਂ ਐਸੀਆਂ ਹਰਕਤਾਂ ਅਤੇ ਕਾਮ ਪੂਰਵਕ ਕਾਰਨਾਮਿਆਂ ਸਦਕਾ ਹੀ ਭਗਤ ਕਬੀਰ ਜੀ ਨੇ ਫਰਮਾਇਆ ਹੈ ਕਿ ਮੈਲਾ ਬ੍ਰਹਮਾ, ਮੈਲਾ ਇੰਦ, ਰਵ ਮੈਲਾ, ਮੈਲਾ ਹੈ ਚੰਦ। ਰਾਗ ਭੈਰੋ, ਪੰਨਾ 1158। ਭਗਤ ਰਵਿਦਾਸ ਜੀ ਨੇ ਇੰਦਰ ਨੂੰ ਮਹਾਂਕਾਮੀ ਦਾ ਦਰਜਾ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਵੇਖੋ ਗੁਰਮੁਖ ਪਿਆਰਿਓ। ਜੈਤ ਸਰੀ ਰਵਿਦਾਸ, ਪੰਨਾ 710 ਦੇ ਵਿੱਚ ਭਗਤ ਰਵਿਦਾਸ ਜੀ ਨੇ ਇੰਦਰ ਨੂੰ ਮਹਾਂਕਾਮੀ ਦਾ ਦਰਜਾ ਦਿੱਤਾ ਹੈ। ਗੌਤਮ ਨਾਰ ਉਮਾਪਤ ਸਵਾਮੀ ਸੀ ਧਰਨ ਸਹਿਸ ਭਗ ਗਾਮੀ। ਸੋ ਗੁਰਮਤਿ ਵਿਚਾਰਧਾਰਾ ਅਨੁਸਾਰ ਇਹਨਾਂ ਅਖੌਤੀ ਦੇਵਤਿਆਂ ਨੂੰ ਪਰਮੇਸ਼ਰ ਕਰਕੇ ਪ੍ਰਵਾਨ ਬਿਲਕੁਲ ਨਹੀਂ ਕੀਤਾ ਗਿਆ। ਸੋ ਬ੍ਰਾਹਮਣਵਾਦੀਆਂ ਵੱਲੋਂ ਘੜੀ ਇਹ ਗਾਥਾ ਕਿ ਇੰਦਰ ਨੇ ਅੰਮ੍ਰਿਤ ਸੰਸਕਾਰ ਸਮੇਂ ਪਤਾਸੇ
ਜਾਂ ਕੋਈ ਹੋਰ ਮਿੱਠੀ ਵਸਤ ਭੇਟਾ ਕੀਤੀ ਦਾ ਮਨਸ਼ਾ ਕੇਵਲ ਗੁਰਮਤ ਵਿਚਾਰਧਾਰਾ ਉੱਪਰ ਚੋਟ ਕਰਨਾ ਹੈ। ਇਹ ਮਿਥਿਹਾਸਿਕ ਗਾਥਾ ਗੁਰਮਤ ਵਿਚਾਰਧਾਰਾ ਦੀ ਕਸਵੱਟੀ ਉੱਪਰ ਪੂਰੀ ਨਹੀਂ ਉਤਰਦੀ ਅਤੇ ਨਿਰਮੂਲ ਹੈ।